वाहेगुरु जी का खालसा, वाहेगुरु जी की फतेह। जी असीं खड़े हां जी पीएजी यूनिवर्सिटी लुधियाना, एग्रीकल्चर यूनिवर्सिटी लुधियाना दे बाहर खड़े हां 7 नंबर गेट ते। पिछले पासे बैक साइड ते ऋषि नगर आले पासे इह गेट आ। इत्थों सानूं कॉल गई सी इक, इत्थे इक बजुर्ग माता जी ने, पहला इस माता बारे सानूं कॉल आई सीगी रात, दमोरिया पुल आली साइड उधर छौनी महल्ले आले पासे सी माता। सवेरे जदों असीं पता कराया उत्थे लब्बे नहीं माता सानू, ते हुणे मां इत्थे बैठी है सड़क ते। बाई हुणी दसदे गेट कीपर, बाई इधरों आई है माता, किधरों आई है, तुर के आ गई। माता सत श्री अकाल, होर मां तकड़ियां, की नाम मेरी बेबे दा? कुड़े दयालो, तू केड़े पिंडो आ? मेदपुर आ, नहर ते आ पिंड। हां टिब्बे कोले सामने आला वाले पासे। अच्छा मीतपुर तो बेबे, ते हुण कित्थे रहनी आ? मैनूं घर लै जाओ अज्ज दी रात, कल नूं तो छड्या आ कार। कित्थे छड्या आईए? मीतपुर छड्या आ। अच्छा मीतपुर कौन रहिंदा? मां भाई ने मेरे, इक तारा इक दयाल बहुआ ने। अच्छा ते मां जिहड़ा ओ तेरा ब्याह कित्थे होया? पता लग्गिया रहिंदे मां तेरी आवाज सुनन वास्ते आ। ते तेरा ब्याह कित्थे होया मां? जाई ते कार बड़बड़ा जी। केड़े पिंड? कैलपुर बड़ाचे। की नाम सी बापू दा, घर आले दा की नाम तेरे दा? राम स्वरूप। राम स्वरूप दी घर तू? हां लाजी दे भाई नू। लाजी दे ओ हलवाई सी, की सी ओ? लाजी धाम सी दा भाई। की काम करदा सी ओ? ट्रक चलाउंदा सी शिमले, ट्रक चलाउंदा सी बापू शिमले। तेरे घर आला प्रौणा तेरा? हां मदन बस चलाउंदा सी, गवर्नमेंट दी। मदन बस चलाउंदा सी? शांति दे घर आला। तेरे घर आला ट्रक चलाउंदा सी? हां तेरे जवाक हैगा कोई? शिमले संगोली झड़ी। अच्छा शिमले संगोली झड़ी उधर चलाया ट्रक? ਤੇ ਤੂੰ ਵੀ ਜਾਂਦੇ ਹੁੰਦੇ ਸੀ ਨਾਲ? ਚਲ ਕੇ ਆ ਤਾਂ ਆ ਕੇ ਆਈ ਆ। ਅੱਛਾ ਰਹਿ ਕੇ ਆਈ ਉੱਤੇ ਦਿਆਲੋ? ਨਹੀਂ ਮੈਂ ਸੁਣਿਆ ਨਹੀਂ ਦਿਆਲੋ। ਅੱਛਾ ਉੱਥੇ ਵੀ ਰਹਿ ਕੇ ਆਈ ਆ ਤੇ ਦਿਆਲੋ ਜਵਾਕ ਆ ਕੇ ਸਿਮਲੇ ਧੀ ਜਮੇ ਬੜਾ ਜੀ ਕਰ ਬੜਾ ਜੀ ਦੇਹੀ ਜੀ। ਅੱਛਾ ਮੁੰਡਾ ਜਮਾ ਮੇਦਪੁਰ? ਮੇਦਪੁਰ ਮੁੰਡਾ ਜਮਿਆ। ਤੇ ਜਵਾਕ ਕਿੰਨੇ ਤੇਰੇ? ਤੈਨੂੰ ਦੱਸਦਾ ਤੱਤਾ ਵੀ ਦੋ ਨੇ। ਅੱਛਾ ਦੋ ਨੇ ਮੁੰਡੇ ਆ? ਹੁਣ ਕਿੱਥੋਂ ਬੜਾ ਮਾ ਜਾਵੇ? ਦੋ ਮੁੰਡੇ ਆ ਦੋ? फौजी पेंशन आया। लै दयालो तेरा ता परिवार सारा सेट आ, वधिया पोते हैगे पोता? ਮੁੰਡਾ ਵਿਆਹ ਗਿਆ? ਨਹੀਂ ਕੁਮਾਰਾ ਹੀ ਆ। ਕੁਮਾਰਾ ਹੀ ਆ। ਆ ਤੇਰੇ ਕੀ ਹੋਇਆ ਵਾ? ਗਿਲਟੀਆਂ ਨਹੀਂ ਆ? ਕਾਰ ਮਾਰੀ ਹੋਈ ਆ। ਪਰ ਕਾਰ ਮਾਰੀ ਕਿਹਨੇ? ਕਾਰ ਮਾਰੀ ਕਾਰ ਕਰਤਾ ਬੰਦੇ ਨੇ। ਕਰਤਾ ਆ ਕੋਈ ਨਾ ਲਿਆ ਮੈਨੂੰ ਦੇ ਦੇ, ਲਾ ਲੈਣਾ ਮੈਂ, ਲਾ ਲੈਣਾ ਲੈ, ਲਾ ਲੈਣਾ ਲਾ ਲਿਆ ਮੈਂ, ਲਾ ਲੈ। ਇਹ ਕੀ ਮਾਰਿਆ ਮਾਂ? ਕਾਰ ਮਾਰੀ ਹੋਈ ਆ। ਕਾਰ ਮਾਰੀ ਕਿਹਨੇ? ਕਰਤਾ ਬੰਦੇ ਕੰਜਰੀ ਨੇ ਮਰਾ ਤੇ ਭਰਜਾਈ ਨੇ। ਭਰਜਾਈ ਨੇ ਮਰਵਾਤੀ? ਉਹਦਾ ਕੀ ਨਾਮ ਆ? ਧੂਹੀ ਚ ਮਰਾਤੀ। ਧੂਹੀ ਚ ਮਾਰੀ ਉਹਨੇ? ਕੀ ਨਾਂ ਉਹਦਾ? ਲਿਆਡਾ ਕੁੱਟ ਕੇ ਆਈ ਇਹਨੂੰ। ਤੈਨੂੰ ਕਹਿੰਦਾ ਜੱਗਰ ਕਰਤਾਰਪੁਰ ਦੀ ਆ? ਕਰਤਾਰਪੁਰ ਦੀ ਆ ਉਹ? ਨਾਂ ਦੱਸ ਉਹਦਾ ਕੀ ਆ ਮੈਨੂੰ? ਇੱਕ ਖਾਂਦੇ ਆ ਮੈਨੂੰ ਨਹੀਂ ਪਤਾ ਨਾਂ। ਨਾ ਫਿਰ ਚੱਲ ਨਾਲ ਸੋਟੀ ਚੱਕ ਚੱਲੀਏ, ਚੱਲ ਕਰੀਏ ਲੋਟ ਨੂੰ। ਚੱਲ ਆ, ਚੱਲ ਆ ਦਿਆਲੋ। ਲੈ ਵੀ ਦਿਆਲੋ ਬੇਬੇ ਦੇ ਨਾਲ ਜਾਣਾ ਪਿੰਡ, ਕੁੱਟ ਕੇ ਆਉਣੀ ਬੇਬੇ ਦੀ ਭਰਜਾਈ। ਕੀ ਨਾਂ ਬੇਬੇ ਦਾ? ਕਰਤਾਰ। ਇੱਧਰ ਆ ਬੇਬੇ, ਗੱਡੀ ਆਪਣੀ ਹੋ ਉਹਦੇ ਖੜੀ, ਇੱਧਰ ਕੱਢ ਲਓ ਗੱਡੀ, ਬਾਹਰ ਲੈ ਆ ਕੋਈ। ਹੈਂ ਬੇਬੇ, ਜੇ ਹੁਣ ਤੈਨੂੰ ਘਰੇ ਛੱਡ ਕੇ ਆਈਏ ਮੇਦਪੁਰ, ਤੈਨੂੰ ਰੱਖ ਲੂ ਕੋਈ? ਕੌਣ ਰੱਖੂਗਾ? ਕੌਣ? ਦਿਆਲ ਤੇਰਾ ਭਰਾ ਵਾ? ਅੱਛਾ ਇੱਕ ਤਾਰਾ ਵੀ ਆ ਭਰਾ ਤੇਰਾ? ਬੇਬੇ ਤੇਰੀ ਕਿੰਨੀ ਮਾੜੀ ਹਾਲਤ, ਕੱਪੜੇ ਕਿੰਨੇ ਗੰਦੇ ਹੋਏ ਪਏ ਆ, ਸ੍ਰੀ ਸਾਹਿਬ ਵੀ ਤੇਰਾ ਖਰਾਬ ਹੋਇਆ ਪਿਆ, ਬਾਲਾਂ ਦੇ ਜੱਟਾਂ ਬਣੀਆਂ ਪਈਆਂ। ਘਰੇ ਜਾ ਕੇ ਨਹਾ ਲੇਂਗੀ? ਅੰਮ੍ਰਿਤ ਕਿੱਥੇ ਛਕਿਆ ਸੀ ਤੂੰ? ਰਾਣਾ ਸਾਹਿਬ ਤੋਂ ਛਕਿਆ ਸੀ? ਕਿਰਪਾਨ ਟੁੱਟ ਗਈ, ਮੈਂ ਉਹੀ ਕਹੀ ਨਾ ਖੰਡਤ ਹੋ ਗਈ ਕਿਰਪਾਨ। ਦੇਖੋ ਮਾਂ ਦਾ ਅੰਮ੍ਰਿਤ ਛਕਿਆ ਹੋਇਆ ਵਿਚਾਰੀ ਦਾ, ਕੱਲਾ ਮੁੱਠਾ ਹੀ ਰਹਿ ਗਿਆ ਤੇ ਕਿਰਪਾਨ ਥੱਲਿਓਂ ਟੁੱਟ ਗਈ ਸ੍ਰੀ ਸਾਹਿਬ। ਦੇਖੋ ਅੰਬਰਧਾਰੀ ਇਹ ਮਾਂ ਸਾਡੀ ਪਤਾ ਨੀ ਕਿੰਨੇ ਦਿਨਾਂ ਤੋਂ ਸੜਕਾਂ ਤੇ ਆ, ਪੇਕੇ ਦੱਸਦੀ ਆ ਮੇਦਪੁਰ ਪਿੰਡ ਆ, ਇੱਥੇ ਸਾਹਮਣੇ ਵਾਲੇ ਦੇ ਕੋਲੇ ਟਿੱਬੇ ਕੋਲੇ, ਤੇ ਸਹੁਰੇ ਦੱਸਦੀ ਆ ਕੈਲਪੁਰ ਬੜੈਂਚੇ। ਦੋਨੇ ਪਿੰਡ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਆ ਦੋਨੇ।
ਤੇ ਪਰ ਅੱਜ ਇਸ ਮਾਂ ਨੂੰ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ। ਐ ਨੀ ਡੰਗਾ ਲੋ ਵੀਰੇ, ਅੱਜ ਇਸ ਮਾਂ ਨੂੰ ਇਧਰ ਨੂੰ ਆ ਜਾ ਮਾਂ, ਇਹਨਾਂ ਹਾਲਾਤਾਂ ਦੇ ਵਿੱਚ ਜ਼ਿੰਦਗੀ ਜਿਉਣੀ ਪੈ ਰਹੀ ਹੈ, ਇਹਦਾ ਜ਼ਿੰਮੇਵਾਰ ਕੌਣ ਆ? ਕਿਉਂ ਕਿ ਇਹ ਬੱਚੇ ਦੱਸਦੀ ਹੈ ਮਾਂ ਵੀ ਮੇਰਾ ਬੇਟਾ ਸਬਜ਼ੀਆਂ ਬੀਜਦਾ, ਮੇਰਾ ਜਵਾਈ ਪੁਲਿਸ ਫੌਜ ਚੋਂ ਰਿਟਾਇਰ ਆ। ਮਤਲਬ ਅੱਜ ਦੇ ਆਧੁਨਿਕ ਸਮੇਂ ਚ ਜਿੱਥੇ ਧੀ ਤੇ ਪੁੱਤ ਨੂੰ ਬਰਾਬਰ ਦਾ ਦਰਜਾ ਦੇਣ ਦੀ ਗੱਲ ਕਰਦਾ ਸਾਡਾ ਸਿਸਟਮ, ਸਾਡਾ ਸਮਾਜ, ਉੱਥੇ ਮਾਵਾਂ ਨੂੰ ਸੰਭਾਲਣ ਵਾਸਤੇ ਧੀਆਂ ਪੁੱਤ ਕਿੱਥੇ ਚਲੇ ਜਾਂਦੇ ਆ? ਜਿੱਥੇ ਇਸ ਬਜ਼ੁਰਗ ਮਾਂ ਨੂੰ ਅੱਜ ਸੇਵਾ ਦੀ ਲੋੜ ਸੀ, ਅੰਮ੍ਰਿਤਧਾਰੀ ਇਹ ਮਾਂ ਗੰਦਾ ਇੰਨਾ ਸ਼ੌਲ ਆ, ਗਰਮੀਆਂ ਦੇ ਵਿੱਚ ਇੰਨਾ ਗੰਦਾ ਸ਼ੌਲ ਮਾਂ ਲਈ ਫਿਰਦੀ ਆ, ਬਿਆਨ ਨਹੀਂ ਕਰ ਸਕਦੇ। ਆ ਕੱਪੜੇ ਦੇਖੋ ਮਾਂ ਦੇ, ਆ ਦੇਖੋ ਮਾਤਾ ਦੀ ਗੁੱਤ, ਜਟਾਂ ਬਣੀਆਂ ਪਈਆਂ ਜਟਾਂ ਦੇਖੋ, ਆ ਪਿੱਛੇ ਮੈਲ ਕਾਲੇ ਕਾਲੇ ਰੰਗ ਦੀ ਚੱਪਲਾਂ ਘਸੀਆਂ ਪਈਆਂ। ਇਹ ਹਾਲਾਤ ਕਿਉਂ ਬਣ ਗਏ? ਅੱਜ ਪੰਜਾਬ ਦੀਆਂ ਇਹਨਾਂ ਸ਼ੇਰਨੀਆਂ ਮਾਵਾਂ ਦੇ, ਜਿਨ੍ਹਾਂ ਨੇ ਹਰੀ ਸਿੰਘ ਨਲੂਏ ਵਰਗੇ ਯੋਧੇ ਜੰਮੇ, ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭੇ ਵਰਗੇ ਯੋਧੇ ਜੰਮੇ, ਬੰਦਾ ਸਿੰਘ ਬਹਾਦਰ ਵਰਗੇ ਯੋਧਿਆਂ ਦੀਆਂ ਮਾਵਾਂ ਅੱਜ ਪੰਜਾਬ ਦੀ ਇਸ ਧਰਤੀ ਤੇ ਏਦਾਂ ਰੁਲ ਰਹੀਆਂ, ਏਦਾਂ ਰੁਲ ਰਹੀਆਂ, ਇਹਦਾ ਜ਼ਿੰਮੇਵਾਰ ਕੌਣ ਆ? ਸ਼ਰਮਸਾਰ ਹੁੰਦੀ ਆ। ਅੱਛਾ ਮਾਂ, ਅੱਜ ਸਾਡੇ ਕੋਲ ਰਹਿ ਪਏਗੀ? ਚੱਲ ਅੱਜ ਸਾਡੇ ਕੋਲ ਰਹਿ ਪਏ, ਨਹਾ ਲੇਗੀ ਨਾ ਫਿਰ? ਸਾਡੇ ਕੋਲ ਰਹਿ ਪਈ, ਉੱਥੇ ਨਾਲੇ ਨਹਾਵਾਂਗੇ, ਸੋਹਣੇ ਕੱਪੜੇ ਪਾ ਲਈ, ਗੁੱਤ ਗੁੱਤ ਕਰਕੇ ਫਿਰ ਆਪਾਂ ਚੱਲਾਂਗੇ ਦਿਆਲ ਦੇ ਘਰੇ, ਤਾਰੇ ਕੋਲੇ, ਠੀਕ ਆ? ਚੱਲ ਫਿਰ ਗੱਡੀ ਚ ਬੈਠ ਆ ਜਾ। ਚੱਲ ਆ ਮੇਰੀ ਬੇਬੇ ਗੱਡੀ ਚ ਬੈਠ। ਬੇਬੇ ਦੀ ਧੂਈ ਕੁੱਬੀ ਹੋਈ ਪਈ ਆ। ਅੱਛਾ ਜੀ, ਦੋ ਤਿੰਨ ਦਿਨ ਇੱਥੇ ਮਿਲੇ ਸੀਗੇ। ਕਿੱਥੇ? ਫੋਰਾ ਚੌਂਕ ਟੋਰਲੀ ਸਾਈਡ। ਅੱਛਾ ਜੀ, ਆ ਰਾਤ ਸਾਨੂੰ ਜੀ ਉਧਰ ਦਮੋਰੀਆ ਪੁਲਾ ਦੇ ਪਾਸੋਂ ਫੋਨ ਆਇਆ ਰਾਤ ਲੇਟ। ਮੈਂ ਕਿਹਾ ਮਾਤਾ ਨੇ ਮੈਨੂੰ ਕੁਝ ਮਾਤਾ ਦੀ ਮਦਦ ਕਰ ਦਿੰਨਾ, ਮੈਂ ਗੱਡੀ ਘੁਮਾ ਕੇ ਲਿਆ ਰੋਟੀ, ਇਹਨਾਂ ਨੇ ਕੁਝ ਨਹੀਂ ਲਿਆਗਾ। ਅੱਛਾ, ਪੈਸੇ ਨਹੀਂ ਲਏ? ਨਹੀਂ, ਮੈਂ ਕਿਹਾ ਰੋਟੀ ਲੈ ਲਓ, ਮੇਰੇ ਕੋਲ ਰੋਟੀ ਵੀ ਸੀਗੀ। ਕਹਿੰਦੇ ਨਹੀਂ ਰੋਟੀ ਨਹੀਂ ਲੈਣੀ, ਰੋਟੀ ਹੈਗੀ ਆ, ਚਾਹ ਹੀ ਪੀਤੀ ਆ ਭਾਜੀ। ਚਾਹ ਹੀ ਪੀਤੀ ਆ, ਕੁਝ ਲਿਆ ਹੀ ਇਹਨਾਂ ਨੇ। ਦੇਖੋ ਕਿੱਡੀ ਰੱਜੀ ਰੂਹ ਆ ਵੀਰੇ, ਉਹਨੇ ਦੱਸਦੇ ਵੀ 3 ਦਿਨ ਪਹਿਲਾਂ ਮੈਨੂੰ ਮਾਤਾ ਮਿਲੀ ਉਧਰਲੇ ਪਾਸੇ ਫੁਆਰਾ ਚੌਂਕ ਵਾਲੇ ਪਾਸੇ। ਬਾਈ ਕਹਿੰਦਾ ਮੈਂ ਇਹਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ, ਕਹਿੰਦਾ ਪੈਸੇ ਨਹੀਂ ਲਏ। ਮੈਂ ਕਿਹਾ ਰੋਟੀ ਖਾ ਲਾ, ਰੋਟੀ ਲੈ ਲਾ, ਮੇਰੇ ਕੋਲ ਰੋਟੀ ਆ, ਟਿਫਨ ਸੀ। ਬਾਈ ਕਹਿੰਦਾ ਰੋਟੀ ਵੀ ਨਹੀਂ ਲਈ। ਏਦਾਂ ਦੀਆਂ ਰੱਜੀਆਂ ਹੋਈਆਂ ਰੂਹਾਂ ਸਾਡੀਆਂ ਸੜਕਾਂ ਤੇ ਰੁਲਦੀਆਂ, ਕਿੱਡੀ ਸ਼ਰਮ ਦੀ, ਕਿੱਡੀ ਦੁੱਖ ਦੀ ਗੱਲ ਆ। ਸਾਰਾ ਲੁਧਿਆਣਾ ਗਾਹ ਲਿਆ ਨੇ ਮਾਂ ਨੇ, ਪਤਾ ਨੀ ਕਿੰਨੇ ਦਿਨਾਂ ਦੀ ਹੋਊਗੀ ਇੱਥੇ ਘੁੰਮਦੀ ਲੁਧਿਆਣੇ ਚ, ਪਤਾ ਨੀ ਕਿਵੇਂ ਕਿਵੇਂ ਪਹੁੰਚੀ ਹੋਊ, ਕਾਰਨ ਕੀ ਆ? ਹਮੇਸ਼ਾ ਉਹ ਗੱਲ ਕਰਦੇ ਕਿਉਂ, ਕਿਵੇਂ, ਕਿੱਥੋਂ, ਕਾਹਤੋਂ। ਇਹ ਜਿਹੜੇ ਲਫ਼ਜ਼ ਨੇ, ਇਹ ਜਿਹੜੇ ਸਵਾਲ ਨੇ, ਇਹ ਜਿਹੜੇ ਸਾਡੀ ਕੁਐਸਚਨ ਮਾਰਕ ਵਾਲੀ ਡੰਡੀ ਆ, ਇਹ ਤਾਂ ਹੀ ਹੱਲ ਹੋ ਸਕਦੀ ਜੇ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ, ਤਾਂ ਜੋ ਉਹਨਾਂ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਜਿਹੜੇ ਇਹਦੇ ਜ਼ਿੰਮੇਵਾਰ ਨੇ, ਜਿਨ੍ਹਾਂ ਦਾ ਫਰਜ਼ ਬਣਦਾ ਸੀ। ਦਿਆਲੋ, ਦਿਆਲੋ ਮੇਰੀ ਭੂਆ ਦਾ ਨਾਂ ਸੀਗਾ, ਲੀਲਾ ਪਿੰਡ ਵਿਆਹੀ ਸੀ ਮੇਰੀ ਭੂਆ, ਤੇ ਜਦੋਂ ਮਾਂ ਨੇ ਆ ਕੇ ਦੱਸਿਆ ਦਿਆਲੋ, ਮੈਂ ਪੁੱਛਿਆ ਨਾਂ, ਤਾਂ ਬੇਬੇ ਕਹਿੰਦੀ ਦਿਆਲੋ ਆ। ਤੇ ਆਪਣੇ ਆਪ ਨੂੰ ਟੱਚ ਮਿਲਦਾ ਵੀ ਯਾਰ, ਸਾਡੀਆਂ ਮਾਮੀਆਂ, ਤਾਈਆਂ, ਭੂਆ, ਚਾਚੀਆਂ ਅੱਜ ਸੜਕਾਂ ਤੇ ਰੋਲ ਰਹੀਆਂ। ਸਾਨੂੰ ਆਪਣੇ ਆਪ ਨੂੰ ਮਹਿਸੂਸ ਹੁੰਦਾ ਵੀ ਇਹ ਦਿਆਲੋ ਨਾਂ ਦੀ ਇਹ ਬਜ਼ੁਰਗ ਮਾਂ ਅੱਜ ਇਸ ਹਾਲਤ ਦੇ ਵਿੱਚ ਆ, ਜਿਹੜੀ ਕਦੇ ਸਿਰ ਨੰਗਾ ਨਹੀਂ ਸੀ ਕਰਦੀ, ਅੱਜ ਉਹਦੇ ਸਿਰ ਤੇ ਚੁੰਨੀ ਵੀ ਹੈ ਨੀ, ਜਿਹੜੀ ਪਤਾ ਨੀ ਕਿੰਨੀਆਂ ਮੱਝਾਂ ਗਾਵਾਂ ਰੱਖਦੀ ਹੋਊ ਘਰੇ, ਕਿੰਨਾ ਕੰਮ ਕੀਤਾ ਹੋਊ ਇਹਨੇ ਸਾਰਾ ਜ਼ਿੰਦਗੀ, ਸਿਰ ਢਿੱਡ ਤੇ ਕਮਰ ਕਸਾ ਬੰਨਿਆ ਹੋਇਆ ਬੇਬੇ ਦਾ, ਅਮਰ ਛਕਿਆ ਹੋਇਆ, ਕਿੰਨੇ ਝੱਗੇ ਪਾਏ ਹੋਏ ਨੇ ਦੋ ਤਿੰਨ। ਮਾਂ ਤੇਰੇ ਘਰੇ ਕੰਮ ਕੀ ਕਰਦੀ ਸੀ? ਮੱਝਾਂ ਰੱਖੀਆਂ ਸੀ? ਅੱਛਾ, ਖੇਤੀ ਵੀ ਕਰਦੇ ਸੀ? ਹੈ, ਠੀਕ ਆ, ਚਰੀ ਚੁਰੀ ਬੀਜਦੇ ਸੀ ਬੇਟਾ, ਸਾਰੇ ਕੰਮ ਕਰਦੀ ਰਹੀ ਹੈ ਦਿਆਲੋ, ਠੀਕ ਆ ਦਿਆਲੋ। ਆ ਤੇਰੇ ਜਿਹੜਾ ਨੱਕ ਚ ਪਾਇਆ ਹੋਇਆ ਵਾ ਕੋਕਾ ਇੱਕ ਸੋਨੇ ਦਾ, ਤੇ ਕੰਨ ਵਾਲੀਆਂ ਬਾਲੀਆਂ ਕਿੱਧਰ ਗਈਆਂ? ਸੱਟਦੀਆਂ? ਅੱਛਾ, ਖਾ ਗਈ ਵੇਚ ਕੇ, ਦੇਖੋ ਕਿੱਡੀ ਸੱਚੀ ਸੱਚੀ। ਤੇਤੋਂ ਲੈ ਲਈਏ ਪੈਸੇ? ਨਹੀਂ, ਅਸੀਂ ਕੀ ਕਰਨਾ ਬੇਬੇ, ਪੈਸੇ ਅਸੀਂ ਤਾਂ ਤੈਨੂੰ ਦੇਣੇ ਆ, ਤੂੰ ਸਾਡੀ ਮਾਂ ਵਾ। ਹੈ, ਨਹੀਂ ਨਹੀਂ, ਦੇਖੋ ਮਾਂ ਕਹਿੰਦੀ ਜੇ ਪੈਸੇ ਲੈਣੇ ਲੈ ਲਓ, ਮੰਗਣ ਦੀ ਬਜਾਏ ਦੇਣ ਦੀ ਗੱਲ ਕਰਦੀ ਹੈ ਮਾਂ। ਲੈ ਮਾਂ, ਤੂੰ ਲੈ ਲਾ, ਸਾਡੇ ਤੋਂ ਲੈ ਲਾ।
ਆ ਲੈ ਲਾ ਬੇਬੇ 2-400 ਲੈ ਲਾ ਬੇਬੇ ਦੇਖੋ ਤਾਂ ਮੈਨੂੰ ਥੱਲੇ ਤਾਰ ਦੋ ਕਹਿੰਦੀ ਜੀ ਪੈਸੇ ਦੇਣੇ ਮੇਰੇ ਲੈ ਲੋ ਕਹਿੰਦੀ ਪੈਸੇ ਕਿੱਥੇ ਛੱਡ ਆਈ ਫਿਰ ਤੈਨੂੰ ਪੈਸੇ ਲੈ ਕੇ ਮਜ਼ਾਰੇ ਕੌਣ ਅਮਾ ਅੱਛਾ ਚਾਚੇ ਤੇਰੇ ਮਜ਼ਾਰੇ ਰਹਿੰਦੇ ਆ ਕਿਹੜਾ ਮਜ਼ਾਰਾ ਅੱਛਾ ਪਿਆਰਾ ਸੁਨਿਆਰਾ ਹਾਂ ਹਾਂ ਅੱਛਾ ਮਜ਼ਾਰੇ ਕਿਹੜਾ ਮਜ਼ਾਰਾ ਅੱਛਾ ਮੇਦਪੁਰ ਕੋਲ ਜਿਹੜਾ ਮਜ਼ਾਰਾ ਅੱਛਾ ਉਹ ਪਿੰਡ ਤੇਰੇ ਚਾਚੇ ਉੱਥੇ ਰਹਿੰਦੇ ਆ ਅੱਛਾ ਸੁਨਿਆਰੇ ਨੇ ਠੀਕ ਆ ਠੀਕ ਆ ਠੀਕ ਆ ਅੱਛਾ ਤੂੰ ਵੀ ਸੁਨਿਆਰਿਆਂ ਦੀ ਕੁੜੀ ਆ ਠੀਕ ਆ ਬੇਬੇ ਕੀ ਗੋਤ ਕੀ ਆ ਬੇਬੇ ਤੁਹਾਡਾ ਵਰਨਾ ਅੱਛਾ ਤੇ ਕੁੜੀ ਸੁਨਿਆਰਿਆਂ ਦੀ ਆ ਤੂੰ ਠੀਕ ਆ ਤਾਂ ਹੀ ਨੱਕ ਚ ਕੋਕਾ ਸੋਨੇ ਦਾ ਪਾਇਆ ਮੇਰੀ ਬੇਬੇ ਦੇ ਨੰਦ ਦਿਆਲੋ ਬਾਬੀ ਜਦੋਂ ਸਾਨੂੰ ਵੀਡੀਓ ਦਿਖੀ ਅਸੀਂ ਤੁਰੰਤ ਹੀ ਤੁਰ ਪਏ ਉਥੋਂ ਕੱਲ ਨੂੰ ਕੈਂਪ ਸੀਗਾ ਅਸੀਂ ਸਾਰੇ ਕੰਮ ਕਾਰ ਛੱਡ ਕੇ ਇਸ ਦਿਆਲੋ ਮਾਂ ਨੂੰ ਲੈਣ ਲਈ ਆਏ ਆ ਕੱਲ ਰਾਤ ਸਾਨੂੰ ਵੀਡੀਓ ਮਿਲੀ ਸੀ ਇਹਨਾਂ ਦੀ ਉਹ ਕਿੱਥੇ ਰਾਤ ਵਾਲੀ ਵੀਡੀਓ ਨੀ ਭੇਜੀ ਸੀ ਤੇ ਉਹ ਵੀਰ ਨੇ ਰਾਤ ਸਾਨੂੰ ਕਰੀਬ ਲੇਟ 10 ਵਜੇ ਵੀਡੀਓ ਭੇਜੀ ਹਾਲਾਂਕਿ ਉਹ ਗੁੱਸੇ ਵੀ ਹੋ ਰਿਹਾ ਸੀ ਬਹੁਤ ਤੁਸੀਂ ਹੁਣੇ ਆਓ ਲੈ ਕੇ ਜਾਓ ਤੇ ਅਸੀਂ ਰਾਤ ਨਹੀਂ ਸੀ ਉੱਥੇ ਹਾਜ਼ਰ ਅਸੀਂ ਅੱਜ ਸਵੇਰੇ ਜਦੋਂ ਮਾਤਾ ਬਾਰੇ ਪਤਾ ਕਰਨ ਦਾ ਕੋਸ਼ਿਸ਼ ਕੀਤੀ ਵੀ ਮਾਤਾ ਕਿੱਥੇ ਆ ਹਾਂ ਰਾਤ ਦੇਖੋ ਮਾਤਾ ਥੱਲੇ ਪਏ ਸੁੱਤੇ ਮਾਤਾ ਮੇਰੀ ਗੱਲ ਸੁਣ ਆਪਾਂ ਰੋਟੀ ਖਾਈ ਆਈ ਸੋਤੀ ਮਾਤਾ ਦੀ ਮਾਤਾ ਨੂੰ ਕੁੱਟਿਆ ਡੰਡਿਆਂ ਨਾਲ ਮੁੰਡਾ ਤੇ ਮੁੰਡਾ ਇੰਨਾ ਸਾਊ ਸੀ ਵਿਚਾਰਾ ਕਿ ਇਹਨਾਂ ਮਾਰ ਦੇ ਮਾਤਾ ਮਾਰ ਦੇ ਵੀਰ ਨੇ ਪਾਉਂਦੀ ਸੀ ਰਾਤ ਦੇਖੀ ਉੱਥੇ ਪਤਾ ਨਹੀਂ ਇੱਦਾਂ ਰੋਂਦੀ ਸੀ ਚੀਕਾਂ ਮਾਰਦੀ ਦੇਖੋ ਇਹ ਮਾਂ ਰਾਤ 10 ਵਜੇ ਦੇ ਕਰੀਬ ਉੱਥੇ ਵੀਰ ਹੋਣਾ ਨੂੰ ਮਿਲੀ ਤੇ ਵੀਰੇ ਹੋਣਾ ਨੇ ਸਾਡੇ ਨਾਲ ਸੰਪਰਕ ਕੀਤਾ ਰਾਤ ਲੇਟ ਹੋਣ ਕਰਕੇ ਅਸੀਂ ਜਾ ਨਹੀਂ ਪਾਏ ਸਵੇਰੇ ਪਤਾ ਕੀਤਾ ਮਾਤਾ ਉੱਥੋਂ ਤੁਰਦੀ ਹੁਣ ਇਹ ਲੁਧਿਆਣੇ PAU ਐਗਰੀਕਲਚਰ ਯੂਨੀਵਰਸਿਟੀ ਦੇ 7 ਨੰਬਰ ਗੇਟ ਤੇ ਰਿਸ਼ੀ ਨਗਰ ਵਾਲੇ ਪਾਸੇ ਜਿੱਥੇ ਰਾਤ ਸੀਗੀ ਮਾਤਾ ਉੱਥੋਂ ਘੱਟੋ ਘੱਟ ਨੀ 10-15 ਕਿਲੋਮੀਟਰ ਦੂਰ ਮਾਤਾ ਹੁਣ ਇੱਥੇ ਅੱਜ ਮਿਲੇ ਨੇ ਯੂਨੀਵਰਸਿਟੀ ਤੋਂ ਸਾਨੂੰ ਕਾਲ ਗਈ ਕਿਹਨੇ ਵੀਡੀਓ ਭੇਜੀ ਸੀ ਵੀਰੇ ਤੁਸੀਂ ਭੇਜੀ ਸੀ ਬਾਈ ਧੰਨਵਾਦ ਤੁਹਾਡਾ ਕੀ ਨਾਮ ਮੇਰਾ ਨਾਮ ਪ੍ਰਵੀਨ ਚਾਵੜੀਆ ਪ੍ਰਵੀਨ ਚਾਵੜੀਆ ਤੁਸੀਂ ਇੱਥੇ ਡਿਊਟੀ ਕਰਦੇ ਹੋ ਬਹੁਤ ਸ਼ੁਕਰੀਆ ਪ੍ਰਵੀਨ ਜੀ ਇਹ ਸੇਵਾ ਤੁਹਾਡੇ ਹੱਥੋਂ ਹੋਣੀ ਸੀ ਦੇਖੋ ਰਾਤ ਵੀ ਉਹ ਵੀਰਾਂ ਨੇ ਭੇਜੀ ਸੀ ਬਾਈ ਦੁਪਹਿਰ ਸਵੇਰ ਦੇ ਇੱਥੇ ਬੈਠੇ ਆ ਸਾਡੇ ਦੁਪਹਿਰ ਦਿਨ ਵਾਲੇ ਜਿਹੜੇ ਡਿਊਟੀ ਵਾਲੇ ਸੀਗੇ ਉਹਨਾਂ ਨੇ ਰੋਟੀ ਵਗੈਰਾ ਨਹੀਂ ਪੁੱਛਿਆ ਇਹਨਾਂ ਨੂੰ ਇਹਨਾਂ ਨੇ ਕੁਛ ਨਹੀਂ ਖਾਧਾ ਸਿਰਫ ਚਾਹ ਪੀਤੀ ਪਾਣੀ ਪੀਤਾ ਉਦੋਂ ਦੇ ਇੱਥੇ ਹੀ ਬੈਠੇ ਆ ਬਾਹਰ ਹੁਣ ਅਸੀਂ ਇਹਨਾਂ ਨੂੰ ਅੰਦਰ ਪਾਇਆ ਸੀ ਮੈਂ ਕਿਹਾ ਚੱਲ ਪੈ ਜੂਗੇ ਤੇ ਇਹ ਅੰਦਰ ਵੀ ਨਹੀਂ ਪੈ ਰਹੇ ਕਹਿੰਦੇ ਮੈਨੂੰ ਬੇਚੈਨੀ ਹੁੰਦੀ ਘੁੱਟਣ ਹੁੰਦੀ ਅੰਦਰ ਪੈਣ ਨਾਲ ਤੇ ਤਾਂ ਹੀ ਫਿਰ ਬਾਹਰ ਬਿਠਾਤਾ ਸੀ ਕੁਰਸੀ ਬਾਹਰ ਪਹਿਲਾਂ ਇੱਥੇ ਪੈ ਰਹੇ ਥੱਲੇ ਬੈਠ ਰਹੇ ਨਹੀਂ ਉੱਥੇ ਬੈਠੇ ਸੀ ਸਾਡੀ ਕੁਰਸੀ ਤੇ ਬਾਹਰ ਗੇਟ ਦੇ ਨਾਲ ਉੱਥੇ ਥੱਲੇ ਬਹਿ ਕੇ ਕੁਰਸੀ ਤੇ ਬਿਠਾਇਆ 2 ਵਾਰੀ ਚੱਕ ਕੇ ਫਿਰ ਥੱਲੇ ਬਹਿ ਗਏ ਤੇ ਫਿਰ ਅੰਦਰ ਪਾਤਾ ਸੀ ਮੈਂ ਕਿਹਾ ਚੱਲ ਰੈਸਟ ਕਰ ਲੂਗੇ ਥੋੜੀ ਦੇਰ ਅੰਦਰੋਂ ਕਹਿੰਦੇ ਘੁੱਟਣ ਹੁੰਦੀ ਆ ਫਿਰ ਬਾਹਰ ਬਿਠਾਤਾ ਬਾਹਰ ਕੁਰਸੀ ਤੇ ਜਿੱਥੇ ਤੁਸੀਂ ਇਹਨਾਂ ਨੂੰ ਮੈਂ ਤਾਂ ਮਿਲਿਆ ਜਿੱਥੇ ਆ ਕੇ ਚਲੋ ਬਹੁਤ ਚੰਗਾ ਕੀਤਾ ਬਹੁਤ ਵਧੀਆ ਕੀਤਾ ਤੇ ਦੇਖੋ ਇਹ ਵੀਰ ਨੇ ਚਾਵੜੀਆ ਸਾਹਿਬ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਫਰਜ਼ ਨਿਭਾਉਂਦਿਆਂ ਸਾਨੂੰ ਕਾਲ ਕੀਤੀ ਵੀਡੀਓ ਬਣਾ ਕੇ ਭੇਜੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਤੁਸੀਂ ਯੂਨੀਵਰਸਿਟੀ ਤੋਂ ਠੀਕ ਆ ਬਾਈ ਬਹੁਤ ਸ਼ੁਕਰੀਆ ਤੁਹਾਡਾ ਤੁਹਾਡਾ ਕੀ ਨਾਮ ਕੀਮਤੀ ਲਾਲ ਜੀ ਕੀਮਤੀ ਜੀ ਬਹੁਤ ਧੰਨਵਾਦ ਤੁਹਾਡਾ ਤੁਹਾਡੇ ਇੰਪਲਾਈ ਨੇ ਸਾਨੂੰ ਕਾਲ ਕੀਤੀ ਵੀਡੀਓ ਬਣਾ ਕੇ ਭੇਜੀ ਇਹ ਬਜ਼ੁਰਗ ਮਾਤਾ ਵਿਚਾਰੀ ਦਿਆਲੋ ਦੱਸਦੀ ਆ ਨਾਂ ਆਪਣਾ ਲੁਧਿਆਣੇ ਜ਼ਿਲ੍ਹੇ ਦਾ ਹੈ ਬੇਬੇ ਹੈ ਮਾਂ ਕਿਹੜੇ ਮੰਥ ਦੇ
ਪਿਰਥੀ ਮਹੰਤ ਦੇ ਉੱਥੇ ਕੀ ਕੰਮ ਕਰਦੀ ਸੀ ਮਾਂ? ਉੱਥੇ ਕੀ ਕੰਮ ਕਰਦੀ ਸੀ ਮਾਂ? ਕੱਪੜੇ ਧੋਣੇ, ਰੋਟੀਆਂ ਪਕਾਉਣੀਆਂ, ਚਾਹਾਂ ਬਣਾਉਣੀਆਂ। ਪਿਰਥੀ ਮਹੰਤ ਦੇ ਇਹ ਕਿੱਥੇ ਰਹਿੰਦਾ ਪਿਰਥੀ ਮਹੰਤ? ਮੇਦਪੁਰ। ਅੱਛਾ, ਮੇਦਪੁਰ ਵਾਲਾ ਜਿਹੜਾ ਮਹੰਤ ਸੀ ਪਿਰਥੀ ਖੁਸਰਿਆਂ ਦੇ। ਅੱਛਾ, ਮਹੰਤ ਬਾਬੇ ਬਾਬਾ ਸੀ ਕੋਈ? ਸੋਰੀ, ਮੇਰੇ ਤੋਂ ਬਾਬੇ ਗਲਤੀ ਹੋ ਗਈ। ਅੱਛਾ, ਤੁਸੀਂ ਉੱਥੇ ਸੇਵਾ ਕਰਦੇ ਸੀ? ਵਾਹ ਬੇਬੇ, ਇੰਨੇ ਸਾਲ ਸੇਵਾ ਕੀਤੀ। ਬੇਬੇ ਫਿਰ ਤੈਨੂੰ ਉੱਥੇ ਸੰਭਾਲਿਆ ਕਿਉਂ ਨੀ ਉਹਨਾਂ ਨੇ? ਲੈ ਮੇਰੀ ਮਾਂ ਵਾ ਤੂੰ, ਤੈਨੂੰ ਛੱਡ ਕੇ ਆਵਾਂਗੇ ਅਸੀਂ ਮੇਦਪੁਰ। ਹੋਰ ਆ ਮੇਦਪੁਰ ਫੋਨ ਲਾਇਓ ਸ਼ਿੰਦੇ ਬਾਈ ਨੂੰ ਮਾੜਾ ਜਾ। ਛੱਡਿਆ ਉਹਨੇ ਬੇਬੇ, ਗੱਲ ਆ ਕੋਈ? ਤੂੰ ਸਾਡੀ ਮਾਂ ਵਾ, ਤੈਨੂੰ ਅਸੀਂ ਛੱਡ ਕੇ ਨੀ ਆਵਾਂਗੇ। ਕਿਹੜੀ ਸੁਨਿਆਰੀ ਦੇ? ਮੇਲੋ ਸੁਨਿਆਰੀ ਦੇ ਘਰੇ ਛੱਡਿਆ ਜੀ ਤੈਨੂੰ? ਉਹ ਭਰਜਾਈ ਆ ਤੇਰੀ? ਅੱਛਾ, ਮੇਲੋ ਭਰਜਾਈ ਆ ਤੇਰੀ? ਠੀਕ ਆ ਮਾਂ, ਠੀਕ ਆ, ਚੱਲਦੇ ਆ ਫਿਰ ਆਪਾਂ ਹੁਣ। ਚਲੋ, ਹੋ ਗਏ ਸਾਈਨ ਵਗੈਰਾ? ਠੀਕ ਆ ਵੀਰੇ, ਬਹੁਤ ਧੰਨਵਾਦ ਹੈ ਨਾ ਤੁਹਾਡਾ, ਸਾਰਿਆਂ ਦਾ, ਜਿਹੜੇ ਵੀਰ ਇੱਥੇ ਖੜੇ ਭੈਣੇ, ਆਓ ਹਰਜੀਤ ਭੈਣੇ, ਹੋ ਗਏ ਸਤਵੀਰ ਭੈਣੇ, ਸਾਡੇ ਨਾਲ ਸਾਡੇ ਫੀਮੇਲ ਮੈਂਬਰ ਵੀ ਆਏ ਆ। ਨਹੀਂ, ਸਾਡੀ ਮਾਂ ਵਾ ਬਾਈ, ਪਤਾ ਨੀ ਸਾਡੇ ਕਿਹੜੇ ਚੰਗੇ ਕਰਮ ਸੀ ਜਿਹੜੀ ਇਸ ਤਰ੍ਹਾਂ ਦੀ ਮਾਂ ਦੀ ਸੇਵਾ ਸਾਨੂੰ ਬਖਸ਼ੀ। ਠੀਕ ਆ, ਸਤਿ ਸ੍ਰੀ ਅਕਾਲ ਬਾਈ, ਠੀਕ ਹੋ? ਹੋਰ ਠੀਕ ਠਾਕ ਹੋ ਬਾਈ ਜੀ? ਠੀਕ ਆ ਜੀ। ਸ਼ਾਹ ਜੀ ਤੋਰੋ ਗੱਡੀ ਜੀ, ਤੋਰੋ ਗੱਡੀ, ਬੱਬਲ ਤੋਰੋ। ਹਾਂਜੀ, ਠੀਕ ਆ ਬੇਬੇ, ਚੰਗਾ ਦਿਆਲ ਬੇਬੇ, ਚੰਗਾ ਜਿਉਣ ਦੀ ਬਾਤ ਰਿਹਾ ਜੀ। ਮੇਦਪੁਰ ਗੱਲ ਕਰਦੇ ਸਰਪੰਚ ਨਾਲ, ਸ਼ਿੰਦੇ ਬਾਈ ਇੱਕ ਮੇਦਪੁਰ ਵਾਲਿਆਂ ਨਾਲ ਗੱਲ ਕਰਾਈ ਮਾੜੀ ਜੀ, ਫੋਨ ਲਾਇਆ, ਇੱਕ ਬੇਬੇ ਮਿਲੀ ਆ, ਉਹ ਮੇਦਪੁਰ ਦੀ ਦੱਸਦੀ ਆ, ਮੈਂ ਸੁਨਿਆਰਿਆਂ ਦੀ ਉਹ ਆ ਧੀਆਂ। ਅੱਛਾ, ਕੀ ਕਾਹਦੇ ਵਾਸਤੇ ਆਏ ਸੀ ਉਹ? ਮਾਤਾ ਤਾਂ ਲੁਧਿਆਣੇ ਮਿਲੀ ਆਪਾਂ ਨੂੰ, ਮਾਤਾ ਤਾਂ ਲੁਧਿਆਣੇ ਮਿਲੀ ਅੱਜ। ਅੱਛਾ, ਇੰਤਰੀ ਤੁਰੀ ਫਿਰਦੇ ਉਹਨਾਂ ਦੇ ਘਰੇ, ਫਿਰ ਗੱਲ ਕਰਨੀ ਆਪਾਂ ਉਹਨਾਂ ਨੂੰ, ਕਿ ਆ ਕੇ ਜਾਣ ਆਪਣੇ ਕੋਲ ਜਾਂਦਾ। ਹਾਂ, ਬੁਲਾਓ ਉਹਨਾਂ ਨੂੰ ਨਾ, ਫਿਰ ਘਰਦੇ ਕੌਣ ਕੌਣ ਘਰੇ? ਅੱਛਾ, ਪਹਿਲਾਂ ਉਹ ਲੈ ਗਏ ਭਤੀਜੇ, ਤੇ ਉਹਨਾਂ ਨੇ ਮਤਲਬ ਘਰ ਸੀਗਾ ਉਦੋਂ ਇਹਦੇ ਕੋਲੇ, ਹੁਣ ਘਰ ਵੇਚ ਕੇ ਉਹਨਾਂ ਨੇ ਵਿਹਲੀ ਕਰਤੀ ਹੈ। ਅੱਛਾ, ਉਹ ਸ਼ਹਿਰ ਰਹਿਣ ਲੱਗ ਗਏ। ਚੱਲ ਭਾਈ, ਕਰੀ ਗੱਲ, ਅੱਛਾ ਉਹਨਾਂ ਨਾਲ ਫਿਰ ਕਰ ਲਈ ਭਾਜੀ, ਉਹਨਾਂ ਨਾਲ ਗੱਲ ਫਿਰ ਮਿਲਦੇ ਆਪਾਂ। ਦੇਖੋ, ਸਾਡੇ ਰਿਸ਼ਤੇਦਾਰ ਨੇ ਉੱਥੇ ਮੇਦਪੁਰ, ਉਹਨਾਂ ਨੇ ਦੱਸਿਆ ਵੀ ਇਹ ਮਾਤਾ ਪਹਿਲਾਂ ਮੋਗੇ ਤੋਂ ਮਿਲੀ ਸੀ, ਏਦਾਂ ਹੀ ਘਰੋਂ ਚਲੇ ਜਾਂਦੀ ਆ, ਠੀਕ ਨੀ ਦਿਮਾਗੀ। ਉਦੋਂ ਭਤੀਜੇ ਲੈ ਗਏ ਸੀ ਇਹਦੇ, ਉਦੋਂ ਮਾਤਾ ਕੋਲੇ ਘਰ ਸੀ ਆਪਦਾ, ਤੇ ਉਹਨਾਂ ਨੇ ਘਰ ਵੇਚ ਕੇ ਆਪ ਲੁਧਿਆਣੇ ਰਹਿਣ ਲੱਗ ਗਏ, ਹੁਣ ਮਾਤਾ ਫਿਰ ਸੜਕਾਂ ਤੇ ਦੁਬਾਰਾ। ਬਾਕੀ ਅਸਲ ਗੱਲ ਕੀ ਆ, ਸਵੇਰੇ ਸਾਰੀ ਪੰਚਾਇਤ ਨਾਲ ਮੇਦਪੁਰ ਗੱਲ ਕਰਕੇ ਸਰਪੰਚ ਸਾਹਿਬ ਨਾਲ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਵੀ ਸਾਂਝੀ ਕਰਾਂਗੇ ਵੀ ਮਾਂ ਕਿਉਂ ਇਨ੍ਹਾਂ ਹਾਲਾਤਾਂ 'ਚ ਘੁੰਮ ਰਹੀ ਸੀ, ਕਾਰਨ ਕੀ ਸੀ। ਪਰ ਅੱਜ ਸੇਵਾ ਦਾ ਮੌਕਾ ਸਾਨੂੰ ਮਿਲਿਆ, ਮਾਤਾ ਜੀ ਨੂੰ ਸੁਪਨਿਆਂ ਦੇ ਘਰ ਲੈ ਕੇ ਗਏ ਆ, ਸਾਡੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਟੀਮ ਮੈਂਬਰ ਵਲੰਟੀਅਰ ਸਾਡੇ ਨਾਲ ਆਏ ਸੀਗੇ, ਸਤਵੀਰ ਕੌਰ ਭੈਣ ਜੀ, ਹਰਜੀਤ ਭੈਣ ਜੀ ਆਏ ਸੀ, ਸ਼ਾਹ ਜੀ ਸੀ ਨਾਲ, ਬੱਬਲ ਸੀਗਾ, ਤੇ ਉੱਥੇ ਮਾਤਾ ਜੀ ਦੀ ਸਾਨੂੰ ਜਿੰਨੇ ਵੀ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਬਖਸ਼ਣਗੇ, ਅਸੀਂ ਆਪਣੇ ਵੱਲੋਂ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਤਨ ਕਰਾਂਗੇ। ਤੇ ਧੰਨਵਾਦ 7 ਨੰਬਰ ਗੇਟ ਤੇ ਜਿਹੜੇ ਵੀਰ ਸਿਕਿਉਰਿਟੀ ਦਾ ਕੰਮ ਕਰਦੇ ਸੀ, ਇਹਨਾਂ ਵੀਰਾਂ ਨੇ ਆਪਣਾ ਫਰਜ਼ ਨਿਭਾਉਂਦਿਆਂ ਇਸ ਮਾਂ ਨੂੰ ਬੈਠਣ ਨੂੰ ਜਗ੍ਹਾ ਦਿੱਤੀ ਤੇ ਸਾਡੇ ਨਾਲ ਸੰਪਰਕ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।